ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਪਟਿਆਲਾ ਜੌੜੀਆਂ ਸਰਕਾਂ ਦੇ ਨਜ਼ਦੀਕ ਨਾਨਕਸਰ ਗੁਰਦੁਆਰਾ ਸਾਹਿਬ ਕੋਲ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਤੇ ਜਿਸ ਦੇ ਵਿੱਚ ਇੱਕ ਮੌਤ ਹੋ ਗਈ ਹੈ ਤੇ 3 ਜ਼ਖਮੀ ਨੇ। ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ। ਇੱਥੇ ਪੁਲਿਸ ਥਾਣਾ ਸੰਦੌਰ ਦੇ ਇਲਾਕੇ ਵਿੱਚ ਪੁਲ ਦੇ ਹੇਠਾਂ ਫਾਇਰਿੰਗ ਇੱਕ ਗਰੁੱਪ ਵੱਲੋਂ ਦੂਜੇ ਗਰੁੱਪ 'ਤੇ ਫਾਇਰਿੰਗ ਕੀਤੀ ਗਈ ਹੈ। ਇਹ ਪ੍ਰਾਈਮਾ ਫੇਸੇ ਜਿਹੜਾ ਪ੍ਰਾਥਮਿਕ ਤੌਰ 'ਤੇ ਦੇਖਣ 'ਚ ਮਾਮਲਾ ਜਿਹੜਾ ਹੈ ਦੋ ਗੁੱਟਾਂ ਦੀ ਇਹਨਾਂ ਦੀ ਆਪਸੀ ਕੋਈ ਰੰਜਿਸ਼ ਆਪਸੀ ਰੰਜਿਸ਼ ਨੂੰ ਲੈ ਕੇ ਲੱਗਦਾ। ਬਾਕੀ ਅਸੀਂ ਹੁਣ ਮੌਕੇ 'ਤੇ ਵਿਜ਼ਿਟ ਕਰ ਰਹੇ ਹਾਂ ਅਤੇ ਅਗਲੀ ਜਿਹੜੀ ਜਾਣਕਾਰੀ ਹੋਏਗੀ ਜਿੱਦਾਂ ਅੱਗੇ ਮਿਲਦੀ ਸਾਂਝੀ ਕਰਾਂ। ਸਰ ਦੱਸਿਆ ਜਾ ਰਿਹਾ ਫਾਇਰ ਹੋਈ ਹੈ, ਕਿੰਨੇ ਜਿਨ੍ਹਾਂ ਦੀ ਗੋਲੀ ਲੱਗੀ ਹੋਈ? ਇੱਥੇ ਜਿਹੜੇ ਜ਼ਖਮੀ ਹੈਗੇ ਹਸਪਤਾਲ ਗਏ ਹੋਏ ਹੈ। ਸੁਣਨ 'ਚ ਆਇਆ ਕਿ 2 ਜਾਂ 3 ਵਿਅਕਤੀਆਂ ਨੇ ਜਿਹੜੀ ਇਹ ਗੋਲੀ ਲੱਗੀ ਹੈ ਅਤੇ ਜਿਹੜਾ ਇਹਨਾਂ ਦਾ ਆਪਸੀ ਕੋਈ ਪਹਿਲਾਂ ਰੰਜਿਸ਼ ਚੱਲਦੀ ਸੀਗੀ ਉਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਜਸਿੰਦਰ ਦੇ ਕਹਿਣ ਦੇ। ਉਹਨਾਂ 'ਚ ਕੋਈ ਸੀਰੀਅਸ ਤਾਂ ਨਹੀਂ ਹੈ? ਉਹ ਅਸੀਂ ਹਸਪਤਾਲ ਜਾ ਕੇ ਵੈਰੀਫਾਈ ਕਰਦੇ। ਸੱਤ ਵਜੇ ਸੁਨੇਹਾ ਗਿਆ ਵੀ ਗੋਲੀ ਮਰ ਗਈ ਅਤੇ ਉੱਥੋਂ ਅੱਗੇ ਆਏ ਆਉਂਦੇ ਮੁੰਡਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਵੀ ਗੋਲੀਆਂ ਮਾਰੀਆਂ। ਕੋਈ ਝਗੜਾ ਜਾਂ ਕੋਈ ਪਤਾ ਨਹੀਂ ਹੈਗਾ, ਕੋਈ ਪਹਿਲਾਂ ਵੀ ਇਹਨਾਂ ਦੀ ਆਪਸੀ ਕੋਈ ਗੱਲਬਾਤ ਨਹੀਂ ਸੀ। ਇਕੱਠੇ ਖਾਂਦੇ ਪੀਂਦੇ ਨੇ, ਇਕੱਠੇ ਬੈਠਦੇ ਉੱਠਦੇ ਨੇ ਕਈ ਸਾਲਾਂ ਤੋਂ ਉਹਨਾਂ ਨੇ। ਪਤਾ ਨਹੀਂ ਕੀ ਗੱਲ ਹੋਈ ਹੈ, ਕੀ ਗੱਲ ਕੋਈ ਰੰਜਿਤ ਸਿੰਘ ਜੀ ਨੇ ਕਿ ਆਪਸੀ ਹੈ ਕੋਈ ਦੁਸ਼ਮਣੀ ਸੀ? ਪਰਸਨ ਚੌਕੇ ਇਕੱਠੇ ਬੈਠ ਕੇ ਪੀਂਦੇ ਨੇ, ਮੈਂ ਕੋਲ ਨਹੀਂ ਲੰਘਿਆ ਨਾ ਪਏ, ਰੋਕਦੇ ਅਸੀਂ ਬਹੁਤ ਪਏ ਵੀ ਇਹਨਾਂ ਦੇ। ਜਸਵਿੰਦਰ ਜੀ ਅੰਕਲ ਕੰਮ ਕੀ ਕਰਦੇ ਸੀਗੇ? ਜਸਵਿੰਦਰ ਜੀ ਕੀ ਕੰਮ ਕਰਦੇ ਸੀਗੇ? ਪਤਾ ਨਹੀਂ, ਡੀਲਰੀ ਦਾ ਕੰਮ ਕਰਦਾ ਸੀ। ਕੀ ਨਾਮ ਤੁਹਾਡਾ? ਕਿਹੜਾ ਪਿੰਡ ਹੈ? ਨਾਮ ਕੀ ਹੈ ਪਿੰਡ ਕਿਹੜਾ ਤੁਹਾਡਾ? ਨਾਮ ਕੀ ਹੈ? ਪਿੰਡ ਬਿਲਾਸਪੁਰ ਹੈ। ਇੱਥੇ ਕਿੱਦਾਂ ਪਹੁੰਚੀ ਜਸਵਿੰਦਰ ਜੀ? ਨਾਨਕਸਰ ਗੁਰਦੁਆਰੇ ਕਿੱਦਾਂ ਪਹੁੰਚੇ? ਇਹਨਾਂ ਨੂੰ ਬੁਲਾਇਆ ਇਹਨਾਂ ਨੇ, ਸਾਨੂੰ ਸੁਣਨ 'ਚ ਆਈ ਹੈ ਗੱਲ ਵੀ ਇਹਨਾਂ ਨੂੰ ਫੋਨ ਕਰਕੇ ਇਹਨਾਂ ਨੇ ਬੁਲਾਇਆ। ਕਿਸ ਨੇ ਜੀ? ਜਿਹੜਾ ਮੁੰਡੇ ਕਿਹੜੇ ਮੁੰਡੇ ਸੀ ਜਿਹਨਾਂ ਨੇ ਬੁਲਾਇਆ? ਜਿਹਨਾਂ ਨੇ ਗੋਲੀਆਂ ਚਲਾਈਆਂ ਨੇ। ਨਹੀਂ ਕੋਈ ਨਾਮ ਯਾਦ ਹੈ? ਕਿਸੇ ਫੌਜੀ ਫੌਜੀ ਕਹਿੰਦੇ ਨੇ, ਕੋਈ ਫੌਜੀ ਹੈ। ਅੱਛਾ ਜੀ, ਚਾਚਾ ਜੀ ਕੀ ਨਾਮ ਦੂਜੇ ਦਾ? ਸੁਖਜੀਤ ਸਿੰਘ ਹੈ, ਇੱਕ ਅਜੀਤ ਪਾਲ। ਉਹਨਾਂ ਰਿੰਗ ਕਰਕੇ ਬੁਲਾਇਆ ਵੀ ਕੰਮ ਹੈ? ਅੱਛਾ ਜੀ, ਉਸ ਤੋਂ ਬਾਅਦ ਇਹ ਆਏ ਨੇ। ਜਦੋਂ ਜਸਵਿੰਦਰ ਕਾਲ ਆਈ ਹੈ ਉਸ ਟਾਈਮ ਜਸਵਿੰਦਰ ਕਿਤੇ ਘਰ ਸੀਗਾ, ਦੁਕਾਨ ਤੇ ਸੀਗਾ? ਘਰੇ ਸੀ। ਕੋਈ ਸੁਣਿਆ ਜਾ ਵੀ ਲੈਣ ਦੇਣ ਨਹੀਂ ਸੀਗਾ ਪ੍ਰੋਪਰਟੀ ਜਾਂ ਪੈਸਾ? ਸਾਨੂੰ ਕੋਈ ਪਤਾ ਨਹੀਂ, ਅਸੀਂ ਨਾ ਸੁਣਿਆ ਨਾ ਸਾਨੂੰ ਪਤਾ। ਰਾਤ ਇੱਕ ਦੇਵੀਗੜ੍ਹ ਰੋਡ ਦੇ ਉੱਤੇ ਜੌੜੀਆਂ ਦੇ ਕੋਲ 3 ਬੰਦੇ ਆ ਜਿਨ੍ਹਾਂ ਦੇ ਆਈਡੈਂਟੀਫਿਕੇਸ਼ਨ ਹੋਈ ਹੈ। ਸੁਖਜੀਤ ਪਾਲ ਸਿੰਘ ਸ਼ੇਰਗਿੱਲ, ਜਗਜੀਤ ਸਿੰਘ ਫੌਜੀ ਅਤੇ ਸੋਨੀ ਸਨੌਰ ਦਾ, ਇਹਨਾਂ 3 ਜਾਣਿਆਂ ਨੇ। ਜਸਵਿੰਦਰ ਸਿੰਘ ਨਾਮ ਦਾ ਬਿਲਾਸਪੁਰ ਦੇ ਆ, ਉਹਦੇ 2 ਮੁੰਡੇ ਨੇ, ਇੱਕ ਗਾਹ ਮੁੰਡੇ ਦਾ ਉਹਦਾ ਦੋਸਤ ਹੈਗਾ, ਉੱਤੇ ਇੱਕ ਰਾਹਗੀਰ ਸੀਗਾ ਪਛੰਬਰ ਸਿੰਘ, ਉਹਦੇ ਗੋਲੀਆਂ ਵੱਜੀਆਂ, ਰਾਤ ਇੰਜਰਡ ਹੋਏ, ਜਿਹਦੀ ਕਿ ਜਸਵਿੰਦਰ ਸਿੰਘ ਦੀ ਹੋਸਪਿਟਲ ਆਣ ਕੇ ਡੈਥ ਹੋ ਚੁੱਕੀ ਹੈ। ਦੂਜੇ ਜਿਹੜੇ ਬੰਦੇ ਆ ਜੇਰੇ ਇਲਾਜ ਨੇ। ਅਸੀਂ ਮੌਕੇ ਦੇ ਉੱਤੋਂ ਮਤਲਬ ਉਹਦੇ ਜਿਹੜੇ ਉੱਥੇ ਚੱਲੇ ਜਿਹੜੇ ਫਾਇਰ ਹੋਏ ਨੇ 22 ਦੇ ਰਾਊਂਡ ਨੇ, ਜਿਹੜੇ ਉਹ ਸਾਨੂੰ 14 ਫੋਲ ਜਿਹੜੇ ਉੱਥੋਂ ਮੌਕੇ ਦੇ ਉੱਤੇ ਮਿਲੇ ਆ। ਅਤੇ ਬਾਕੀ ਜਿਹੜੀ ਅਸੀਂ ਫੋਰੈਂਸਿਕ ਸਾਇੰਸ ਲੈਬੋਰਟਰੀ ਨੂੰ ਮੰਗਾ ਕੇ ਸਾਰੇ ਐਕਸਪਰਟ ਬੁਲਾ ਕੇ ਤੋਂ ਮੌਕੇ ਦਾ ਮੁਆਇਨਾ ਕੀਤਾ, ਬੰਦਿਆਂ ਉੱਤੇ ਰੇਡਾਂ ਕੀਤੀਆਂ ਜਾ ਰਹੀਆਂ ਨੇ, ਜਲਦੀ ਬੰਦੇ ਫੜਾਏ ਜੋ ਦੱਸਦੇ ਆ ਵੀ ਜਿਹੜਾ ਜਸਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਸੁਰਜੀਤਪਾਲ ਸ਼ੇਰਗਿੱਲ ਆ, ਇਹ ਇਕੱਠੇ ਰਹਿੰਦੇ ਨੇ। ਈਵਨ ਖੇਤੀ ਦਾ ਕੰਮ ਜਾਂ ਬਾਕੀ ਸਾਰੇ ਕਾਰੋਬਾਰ ਕੇਅਰ ਟੇਕਰ ਵੱਲੋਂ ਉਹਦੇ ਰਾਹ ਰਹਿੰਦਾ ਸੀ।
ਉਹਦੇ ਬੱਚੇ ਵੀ ਉਹਦੇ ਨਾਲ ਹੀ ਰਹਿੰਦੇ ਸੀਗੇ। ਪ੍ਰੋਪਰਟੀ ਦਾ ਜਾਂ ਕੋਈ ਇਹਨਾਂ ਦੇ ਪੈਸਿਆਂ ਦਾ ਲੈਣ ਦੇਣ ਦਾ ਜਿਹੜੀ ਵਜ੍ਹਾ ਰਹੀ ਸੀ ਦੱਸੀ ਜਾ ਰਹੀ। ਕੋਈ ਪਰਿਵਾਰਕ ਮੈਂਬਰ ਸੀ, ਰਿਲੇਸ਼ਨ ਹੈ ਜਾਂ ਕਿਤੇ ਯਾਰੀ ਦੋਸਤੀ ਸੀ? ਨਹੀਂ ਨਹੀਂ, ਆਪਾਂ ਯਾਰੀ ਦੋਸਤੀ ਕਹਿ ਸਕਦੇ ਹਾਂ, ਪਰਿਵਾਰਕ ਮੈਂਬਰਾਂ ਦਾ ਰਿਲੇਸ਼ਨ ਯਾਰੀ ਦੋਸਤੀ। ਹੁਣ ਅੱਗੇ ਇਨਵੈਸਟੀਗੇਸ਼ਨ ਕੋਈ ਬੰਦਾ ਹੱਥ ਲਗਾਈ? ਅਸੀਂ ਤਿੰਨੇ ਜਿਹੜੇ ਮੁਲਜ਼ਮ ਨੇ ਜਿਹੜੇ ਬਾਈ ਨੇਮ ਦਰਜ ਨੇ ਉਹਨਾਂ ਦੇ ਉੱਤੇ ਸਾਰਿਆਂ 'ਤੇ ਜਿਹੜੇ ਵੀ ਉਹਦੇ ਟੈਕਨੀਕਲੀ ਹੋਰ ਸਾਰਾ ਤਰੀਕੇ ਨਾਲ ਅਸੀਂ ਡੇਟਾ ਕਰ ਰਹੇ ਹਾਂ ਅਤੇ ਜਲਦੀ ਬੰਦੇ ਫੜੇ ਜਾਣ।